ਲਾਹੌਰ ਦੀ ਗੱਲ ਹੋਏ ਅਤੇ ਲਾਹੌਰੀ ਖਾਬਿਆਂ ਦੀ ਗੱਲ ਨਾ ਹੋਏ, ਇਹ ਤਾਂ ਹੋ ਨਹੀਂ ਸਕਦਾ। ਉਸ ਦੇ ਦਿਨ ਦੇ ਤਿੰਨਾਂ ਟਾਈਮ ਦਾ ਖਾਣਾ ਇੰਪੋਰਟੈਂਟ ਹੈ। ਲੇਕਿਨ ਜੇ ਤੁਸੀਂ ਕਿਸੇ ਲਾਹੌਰੀ ਕੋਲੋਂ ਪੁੱਛੋਗੇ ਤਾਂ ਉਹ ਕਹੇਗਾ ਕਿ ਭਾਅ ਨੇ ਨਾਸ਼ਤੇ ਤੋਂ ਵੱਧ ਕੇ ਇੰਪੋਰਟੈਂਟ ਦੁਨੀਆ 'ਚ ਕੋਈ ਸ਼ੈ ਨਹੀਂ। ਇਸ ਵਜ੍ਹਾ ਤੋਂ ਅਸੀਂ ਅੱਜ ਇੱਥੇ ਪੁਰਾਣੇ ਅੰਦਰੂਨ ਲਾਹੌਰ ਆਏ ਹਾਂ ਕਿ ਵੇਖੀਏ ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ। ਲਾਹੌਰੀ ਬੋਲੇ ਚਣੇ ਚੱਲਦੇ ਨੇ ਜਾਂ ਫੱਜੇ ਦੇ ਸਿਰੀ ਪਾਵੇ ਚੱਲਦੇ ਨੇ। ਪਾਵੇ ਤਾਂ ਖੈਰ ਹਰ ਜਗ੍ਹਾ 'ਤੇ ਲੱਗੇ ਨੇ, ਲੇਕਿਨ ਇਹਦਾ ਨਾਮ ਹੈ ਫੀਲਡ 'ਚ, ਇਹਨੂੰ ਲੋਕ ਜਾਣਦੇ ਨੇ ਔਰ ਪੂਰਾ ਵਰਲਡ 'ਚ ਨਾਂ ਹੈ ਇਹਦਾ। ਅਤੇ ਅਸੀਂ ਕਈ ਜੱਦੀ ਕਈ ਸਾਲੋਂ ਸੇ ਸਾਡੇ ਵੱਡੇ ਇੱਥੋਂ ਦੇ ਰਹਿਣ ਵਾਲੇ ਸਨ, ਉੱਥੇ ਹੀ ਰਹਿ ਰਹੇ ਹਾਂ। ਕੁਝ ਚਲੇ ਗਏ ਨੇ, ਕੁਝ ਚਲੇ ਜਾਣੇ ਨੇ। ਕਰੋਨਾ ਦੀ ਵਜ੍ਹਾ ਤੋਂ ਖਾਣ ਪੀਣ ਦੀ ਜਗ੍ਹਾਵਾਂ 'ਤੇ ਰਸ਼ ਕਾਫੀ ਕਮ ਹੈ, ਇਸ ਕਰਕੇ ਤੁਸੀਂ ਇਹਨੂੰ ਸਿਰਫ ਇੱਕ ਝਲਕ ਹੀ ਸਮਝੋ। ਮਛਰਾ ਇੱਥੇ ਸਰ ਪੂਰੀ ਹੋਵੇ ਨਾਸ਼ਤਾ ਤਾਂ ਹੀ ਮਿਲਦਾ। ਸ੍ਰੀ ਬਾਬੇ ਫਜੇ ਫਜੇ ਬਾਬੇ ਖਾਣਾਉਂਦੇ ਨੇ, ਉਸ ਤੋਂ ਬਾਅਦ ਲੱਸੀ ਰਾਤ ਵੀ ਪੀਂਦੇ ਕਹਿੰਦੇ, ਕਿਉਂਕਿ ਨਾਸ਼ਤੇ ਬਾਅਦ ਲੱਸੀ ਨਾ ਪੀਂਦੇ ਮਜ਼ਾ ਨਹੀਂ ਨਾਸ਼ਤਾ ਦਾ, ਨਾ ਬਾਵੇ ਦਾ ਨਾ ਪੂਰੀ ਹਲਵੇ ਦਾ। ਇਹ ਲੋਹੜੀ ਕਲਚਰ ਹੈਗਾ, ਲੋਹੜੀ ਇਹ ਸੁਬਾਹ ਉੱਠ ਕੇ ਨਾਸ਼ਤਾ, ਉਸ ਤੋਂ ਬਾਅਦ ਲੱਸੀ ਰਾਤ ਵੀ ਪੀਣੀ ਹੈ। ਇਹ ਪੰਜਾਬੀਆਂ ਦੀ ਸ਼ਾਨ ਹੈਗੀ ਹੈ ਲੱਸੀ। ਹਾਂਜੀ, ਮੈਂ ਤਕਰੀਬਨ 5 ਵਜੇ ਆਉਂਦਾ ਅਤੇ 12 ਵਜੇ ਚਲਾ ਜਾ। ਚਾਟੀ ਦੀ ਲੱਸੀ ਬਣਾਈ ਦੀ ਹੈ ਅਤੇ ਪਿਆਈ ਦੀ ਲੋਕਾਂ ਨੂੰ। 1 ਨੰਬਰ 2 ਨੰਬਰ ਕੰਮ ਨਹੀਂ ਕੀਤਾ ਸਾਰੀ ਜ਼ਿੰਦਗੀ ਅਤੇ ਨਾ ਕਰਨਾ। ਸਾਨੂੰ 53 ਸਾਲ ਹੋ ਗਏ ਨੇ, 53 ਸਾਲ ਗਿਆ ਦੁਕਾਨ ਨੂੰ ਹੋ ਗਏ ਨੇ। ਇਕੱਲੇ ਮੇਰੇ ਦਾਦਾ ਜੀ, ਮੇਰੇ ਵਾਲਾ ਸਾਹਿਬ, ਹੁਣ ਸਾਡੀ ਵਾਰੀ, ਇਹ ਸਾਡੀ ਤੀਸਰੀ ਪੀੜ੍ਹੀ ਆ ਗਈ। ਅੰਮ੍ਰਿਤਸਰ ਤੋਂ ਆਇਆ ਸੀ ਜਦੋਂ ਇੰਡੀਆ ਪਾਕਿਸਤਾਨ ਅਲੱਗ ਅਲੱਗ ਹੋਇਆ ਸੀ, ਅਤੇ ਮੇਰੇ ਦਾਦਾ ਜੀ ਉੱਥੇ ਦੂਜਾ ਕੰਮ ਸੀ ਮਾਲਨਗਰ ਦਾ, ਇੱਕ ਛੋਟੀ ਦੁਕਾਨ ਲਿੱਤੀ ਉਹਨਾਂ ਨੇ। ਦੁਕਾਨ ਲਿੱਤੀ ਅਤੇ ਆਪਣਾ ਕੰਮ ਸ਼ੁਰੂ ਕੀਤਾ। ਮਾਸ਼ਾਅੱਲਾ, ਓਲਾ ਬਾਈ ਰਹਿਮਤ ਹੋ ਗਿਆ, ਅੱਜ ਹੋਰ ਕੱਲ੍ਹ ਹੋਰ, ਅੱਜ ਹੋਰ ਕੱਲ੍ਹ ਹੋਰ। ਸਾਡੇ ਦੇ ਸੀ ਇਹ ਸਪੈਸ਼ਲ ਹੈਗਾ ਵੇ ਕਿ ਅਸੀਂ ਲੱਸੀ ਉੱਤੇ ਮਲਾਈ ਪਾ ਦਿੰਦੇ ਹਾਂ। ਆਹ ਮਲਾਈ ਤੁਸੀਂ ਦੇਖੋ, ਐਸਾ ਲੱਗਦਾ ਮੱਖਣ ਹੈਗਾ। ਇਹ ਖਾਲਸ ਚੀਜ਼ ਦੇ, ਇਹ ਖਾਲਸ ਚੀਜ਼ ਦੀ ਨਿਸ਼ਾਨੀ ਹੈਗੀ ਹੈ। ਇਹ ਪਿੰਨੇ ਨੂੰ ਖਮਾਰੇ ਇੰਨੀ ਮਿਲ ਜਾਂਦੀ ਮਾਸ਼ਾਅੱਲਾ। ਲਾਹੌਰੀਏ ਅਤੇ ਫਿਰ ਲਾਹੌਰੀਏ ਨੇ, ਇਹਨਾਂ ਦਾ ਹਰ ਕੰਮ ਲੈਲਾ ਹੀ ਹੁੰਦਾ। ਹਰ ਮੁਲਖਾਂ ਕੋਲੋਂ, ਹਰ ਸ਼ਹਿਰ ਕੋਲੋਂ ਲੈਲਾ ਕੰਮ ਹੈ। ਜਿੰਨੇ ਲਾਹੌਰ ਨਹੀਂ ਵੇਖਿਆ ਉਹ ਜੰਮੇ ਹੀ ਨਹੀਂ।